ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ 2 ਦਿਨਾਂ ਕੌਮਾਂਤਰੀ ਕਾਨਫਰੰਸ ਸ਼ੁਰੂ ਹੋਈ, ਜਿਸ ਵਿੱਚ ਈਰਾਨ ਦੀਆਂ ਉੱਘੀਆਂ ਸ਼ਖਸੀਅਤਾਂ ਸਮੇਤ ਉੱਚ ਕੋਟੀ ਦੇ ਵਿਦਵਾਨ ਹਿੱਸਾ ਲੈ ਰਹੇ ਸਨ। ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਸ਼ੁਰੂ ਹੋਈ 2 ਦਿਨਾਂ ਕੌਮਾਂਤਰੀ ਕਾਨਫਰੰਸ ਵਿੱਚ ਈਰਾਨ ਦੇ ਰਾਜਦੂਤ ਅਲੀ ਚਗੇਨੀ ਅਤੇ ਸੁਪਰੀਮ ਲੀਡਰ ਆਫ ਈਰਾਨ ਦੇ ਨੁਮਾਇੰਦੇ ਨੇ ਹਿੱਸਾ ਲਿਆ। ਯੂਨੀਵਰਸਿਟੀ ਦੇ ਵਾਈਸ ਚਾਂਸਲਰ BS ਘੁੰਮਨ ਨੇ ਕਿਹਾ ਕਿ ਗੁਰੂ ਨਾਨਕ ਜੀ ਦੇ ਸਿੱਖ ਧਰਮ ਦੇ ਪ੍ਰਚਾਰ ਅਤੇ ਸੰਸਾਰ ਨੂੰ ਸੁਧਾਰਨ ਲਈ 4 ਉਦਾਸੀਆਂ ਕੀਤੀਆਂ, ਜਿਸ ਦੌਰਾਨ ਇੱਕ ਉਦਾਸੀ ਵਿੱਚ ਸਿੱਖ ਅਤੇ ਮੁਸਲਮਾਨ ਭਾਈਚਾਰੇ ਦੀ ਇੱਕਜੁੱਟਤਾ ਅਤੇ ਏਕਤਾ ਸੰਬੰਧੀ ਚਰਚਾ ਹੋਈ। ਈਰਾਨ ਦੇ ਵਿਦਵਾਨ ਪ੍ਰਤੀਨਿਧੀਆਂ ਦਾ ਕਹਿਣਾ ਸੀ ਕਿ ਸਰਕਾਰ ਦੀ ਇਹ ਡਿਊਟੀ ਹੈ ਕਿ ਕਸ਼ਮੀਰੀਆਂ ਨਾਲ ਧੱਕੇਸ਼ਾਹੀ ਤੁਰੰਤ ਬੰਦ ਕੀਤੀ ਜਾਵੇ। ਪੋਲੀਟਿਕਸ 'ਤੇ ਮੈਂ ਮਾਫੀ ਚਾਹਤਾ ਹੂੰ, ਉਸ 'ਤੇ ਮੈਂ ਕਮੈਂਟ ਨਹੀਂ ਕਰ ਸਕਤਾ। ਜੋ ਅਲਫਾਜ਼ ਹੈ ਹਮਾਰੇ ਪੋਲੀਟਿਕਸ ਲਈ ਬਹੁਤ ਅੱਛੇ ਨਹੀਂ ਹੈ। ਠੀਕ ਹੈ, ਤਾਂ ਕਸ਼ਮੀਰ ਕੇ ਮੁਸਲਿਮ ਪੇ ਜੋ ਇਤਨੀ ਦੇਰ ਸੇ ਵਹਾਂ ਪੇ ਲੌਕਡਾਊਨ ਹੋ, ਉਸ ਪੇ ਆਪ ਨਹੀਂ, ਵੋ ਮੈਂ ਕਹਿ ਰਿਹਾ ਗਵਰਨਮੈਂਟ ਕੋ ਚੈੱਕ ਕਰਨਾ ਚਾਹੀਏ। ਜੀ, ਇਹ ਗਵਰਨਮੈਂਟ ਕੀ ਜ਼ਿੰਮੇਦਾਰੀ ਹੈ ਕਿ ਉਨਕੇ ਸਾਥ ਨਾਇਨਸਾਫੀ ਨਾ ਹੋ ਕੋਈ, ਔਰ ਖਿਆਲ ਰੱਖੇ ਕਮ ਸੇ ਕਮ ਖਾਣੇ ਪੀਣੇ ਕਾ ਉਨਕਾ, ਉਨਕੇ ਗਵਰਨਮੈਂਟ ਕੀ ਜ਼ਿੰਮੇਦਾਰੀ ਬਣਤੀ ਹੈ ਕਿ ਵੋ ਦੇਖੇ ਕਿ ਕੋਈ ਭੁੱਖਾ ਨਾ ਹੋ, ਕੋਈ ਪਰੇਸ਼ਾਨ ਨਾ ਹੋ। ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਹਾੜੇ ਨੂੰ ਸਮਰਪਿਤ ਸੂਫੀ ਇੰਟਰਨੈਸ਼ਨਲ ਕਾਨਫਰੰਸ ਪੰਜਾਬ ਯੂਨੀਵਰਸਿਟੀ ਪਟਿਆਲਾ 'ਚ ਆਯੋਜਿਤ ਕੀਤੀ ਗਈ, ਜਿਹਦੇ 'ਚ ਹਿਜ਼ ਐਕਸੀਲੈਂਸੀ ਅੰਬੈਸਡਰ ਈਰਾਨ ਨੇ ਸ਼ਿਰਕਤ ਕੀਤੀ ਅਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਅੱਜ ਦਾ ਜਿਹੜਾ ਵਿਸ਼ਾ ਸੀ ਬਹੁਤ ਹੀ ਢੁੱਕਵਾਂ ਵਿਸ਼ਾ ਸੀ, ਵੀ ਗੁਰੂ ਨਾਨਕ ਦੇਵ ਜੀ ਇਨ ਡਾਇਲੋਗ ਵਿਦ ਕੰਟੈਂਪਰੇਰੀ ਮੁਸਲਿਮਸ। ਜਿੱਦਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਵੀ ਗੁਰੂ ਨਾਨਕ ਦੇਵ ਜੀ 4 ਉਦਾਸੀਆਂ 'ਤੇ ਗਏ, ਇੱਕ ਉਦਾਸੀ ਉਹਨਾਂ ਦੇ ਵਿੱਚ ਉਹ ਉਦਾਸੀ ਸੀ ਜਿਹਦੇ ਦੌਰਾਨ ਉਹਨਾਂ ਨੇ ਮੁਸਲਿਮ ਕੰਟੈਂਪਰੇਰੀ ਜਿਹੜੇ ਰਿਲੀਜੀਅਸ ਲੀਡਰ ਸੀ ਉਹਨਾਂ ਨਾਲ ਸੰਵਾਦ ਰਚਾਇਆ। ਉਸ ਸੰਵਾਦ ਦੇ ਬੇਸਿਸ 'ਤੇ ਉਸ ਧਰਮ ਨੂੰ ਸਮਝ ਕੇ ਉਸ ਸੰਵਾਦ ਦੇ ਬੇਸਿਸ 'ਤੇ ਇੱਕ ਫਿਲੋਸਫੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਨੂੰ ਸਾਰਿਆਂ ਨੇ ਦਿੱਤੀ ਹੈ। ਉਹਦੇ ਵਿੱਚੋਂ ਅੱਜ ਬਹੁਤ ਹੀ ਅੱਛੇ ਤਰੀਕੇ ਨਾਲ ਸੂਫੀਜ਼ਮ ਅਤੇ ਸਿੱਖਇਜ਼ਮ ਦਾ ਜਿਹੜਾ ਸੰਬੰਧ ਹੈ ਉਹਨੂੰ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ, ਅਤੇ ਨਾਲ ਨਾਲ ਇੱਕ ਸੰਦੇਸ਼ ਇਹ ਸੀਗਾ ਵੀ ਅੱਜ ਦੇ ਮੌਕੇ ਜਦੋਂ ਆਪਾਂ 21st ਸੈਂਚਰੀ ਦੇ ਵਿੱਚੋਂ ਵਿਚਰ ਰਹੇ ਹਾਂ ਤਾਂ ਮਟੀਰੀਅਲ ਲਾਈਫ ਅਤੇ ਸਪਿਰਚੁਅਲ ਲਾਈਫ ਦੇ ਵਿੱਚ ਬ੍ਰਿਜ ਬਣਾਉਣ ਦੀ ਲੋੜ ਹੈ, ਦੋਨਾਂ ਨੂੰ ਜੋੜ ਕੇ ਦੇਖਣ ਦੀ ਲੋੜ ਹੈ। ਪਟਿਆਲਾ ਤੋਂ ਚਰਨਜੀਤ ਸਿੰਘ ਕੋਹਲੀ ਦੀ ਰਿਪੋਰਟ।